Bismillahirrahmanirrahim. Assalamu alaikum. Berna Farhan adar Khan to sare the YouTube channel Farhan World. Umid kare Allah de karam nal sare theek thaak ho. So aaj di video shuru kar to pehle channel subscribe kar lo. Va shuru karne hai aaj di video. Acha ji assa main de pe ek dost ko Mubarak waste te vaan ke usnu Shadi Mubarak de auni hai. Shayad us invite kito hai te kuch majbooriyan de jo sab the nas pad sake te hun main de pe vaan ke Mubarak de auni hai. Eh bhai jara sath nal pichu baitho hai isnu sara te la chhod na kyunki ye bande assa nal na ken ke vende. A few moments later. ਭਾਈ ਯਾਰ ਰੰਡੇ ਛੋੜੀਏ ਇੱਕ ਫਿਰ ਦੁਬਾਰਾ ਭਾਈ ਜਾਨ ਤੁਹਾਨੂੰ ਮੁਬਾਰਕ ਹੋਵੇ ਸ਼ਾਦੀ ਦੀ ਤੁਹਾਨੂੰ ਉੱਚਾ ਬੋਲ ਕਿਉਂ ਡਰਦੇ ਆ ਠੀਕ ਅੱਛਾ ਜੀ ਖਾਣਾ ਆ ਗਿਆ ਅਤੇ ਮਤਲਬ ਸਾਹਿਬ ਤੁਸੀਂ ਤਕਲਫ ਬਹੁਤ ਜ਼ਿਆਦਾ ਕੀਤਾ ਅਤੇ ਉਸ ਵਾਸਤੇ ਤੁਹਾਡੀ ਜ਼ਿਆਦਾ ਮਿਹਰਬਾਨੀ ਬਸ ਇਹ ਹਾਂ ਨਹੀਂ ਤੂੰ ਹੀ ਆਵਾ ਇਹਨਾਂ ਵਿੱਚ ਰਹਿੰਦਾ ਪਿਆ ਅੱਛਾ ਜੀ ਮੁਬਾਰਕ ਆ ਸਾਡੇ ਲਈਏ ਅਤੇ ਹੁਣ ਵਿਹਲੇ ਹੋ ਗਏ ਵਹਿੰਦੇ ਪਏ ਹਾਂ ਵਾਪਸ ਘਰ ਮਲਕ ਫੈਸਲ ਦੀਆਂ ਮਿੰਨਤਾਂ ਕਰੀਂਦੇ ਆਉਂਦੇ ਆ ਮਲਕ ਸਾਹਿਬ ਸਾਰ ਨਾਲ ਲੱਗੇ ਹੋ ਜਮਾਰੀ ਤੇ ਲੇਕਿਨ ਮਲਕ ਸਾਹਿਬ ਢੀਠ ਮੈਣੇ ਬੈਠੇ ਨਾ ਮਲਕ ਸਾਹਿਬ ਸਾਰ ਨਾਲ ਨਹੀਂ ਪਿਆ ਦੇ ਮਲਕ ਸਾਹਿਬ ਕੇ ਪ੍ਰੋਗਰਾਮ ਹੈ ਮੇਰਾ ਮਲਕ ਸਾਹਿਬ ਆਦਨ ਕੋ ਸਰਗੋਦ ਦੇ ਪ੍ਰੋਗਰਾਮ ਆਏ ਵੇ ਕੰਮ ਹੈ ਕੋਈ ਜ਼ਰੂਰੀ ਦਾ ਚਲੋ ਭਾਈ ਮਰਜ਼ੀ ਗਾਲ ਗੱਡੀ ਕੋ ਲਗੀ ਖਲੋਤੇ ਤੇ ਮਲਕ ਕਰਨ ਥਾਉ ਇਹ ਕਿਹੜੀ ਆ ਏ ਚੋਰਬਾਦ ਚੋਰਬਾਦ ਓਏ ਤਾਂ ਚੋਰਬਾਦ ਏ ਇਹ ਚੋਰਬਾਦ ਚਲੋ ਮਲਕ ਕਰਨ ਥਾਉ ਮੈਂ ਸਹੀਆਂ ਗੱਡੀ ਤੇ ਤੇ ਅਸਾਂ ਆਪਣਾ ਜਮਾਰੀ ਤੇ ਮਲਕ ਕਰਨ ਕੇ ਵਿਆਹ ਦੇ ਵਿਣਣਾ ਬਸ ਜਮਾਲੀ ਬਣਾ ਜਮਾਲੀ ਤੇ ਬਣਾ ਵਿਣਣੇ ਹਾਂ ਕੀ ਗੱਲ ਹੈ ਗੱਡੀ ਤੇ ਇਸ ਟਾਈਮ ਕੋਲ ਹੁਣ ਗਿਆ ਗੱਡੀ ਤੇ ਕੋਲ ਆ ਗਏ ਹੁਣ ਵਿਣਣੇ ਲੈ ਮੈਂ ਇਹ ਬਾਹਰ ਵਾਲੀ ਹੈ ਯਾਰ ਸਰਗੋਦ ਆ ਤੇ ਲੈ ਮੈਂ ਵਿਣਣੇ ਭਾਈ ਜੋ ਰਬਾਦ ਵਾਲੀ ਤੇ ਮੈਂ ਕੀ ਜ਼ਲੀਲ ਹੋਣਾ ਸਰਗੋਦ ਦੀ ਹੋਵੇ ਤੇ ਤਾਂ ਮੈਂ ਵਿਣਣਾ ਨਾ ਅੱਛੀ ਗੱਲ ਤੇ ਚਲੋ ਸਰਗੋਦ ਦੀ ਅਗੂ ਤੈਨ ਮੈਂ ਲੈ ਆ ਸਰਗੋਦ ਦੀ ਵਾਲੀ ਲੈ ਬਦੇ ਮੈਂ ਮਲਕ ਕਰ ਤਿਆਰ ਹਾਂ ਜਮਾਰੀ ਤੇ ਲੇਕਿਨ ਮਲਕ ਕਰਨ ਦੋਸਤ ਆ ਤੂੰ ਸਰਗੋਦ ਦੀ ਤਸ਼ਰੀਫ ਲੈ ਮੈਂ ਕਾਹ ਜ਼ਰੂਰਤ ਨਹੀਂ ਜਮਾਰੀ ਤੇ ਆਵਣ ਦੀ A few moments later. अच्छा बता संग मेरा साहब अल्लाह दया वाले भाई पानी शानी पीउना ने मेहरबानी मेरा साहब मेहरबानी आप प्राय थाने ते ने ओए ने एक घर माने ओ घर चार कनाल है चार कनाल है रही अच्छा दानना तेरे बटन ड्रेस ला रे ठीक है अल्लाह दया वाले
ਅੱਛਾ ਜੀ ਅਗਰ ਤੁਸੀਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਨੂੰ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਬਾਕੀ ਇੰਨੀ ਥੋੜ੍ਹੀ ਦੇਰ ਰੈਸਟ ਕੀਤੀ ਨਿਮਾਸ਼ ਸ਼ਮਾਸ ਪੜੀ ਆਵਾਜ਼ ਨਿਕਲ ਆਇਆ ਬਾਹਰ ਕਿਉਂਕਿ ਇਸ ਟਾਈਮ ਬੰਦਾ ਬਾਹਰ ਨਿਕਲਣਾ ਘਰ ਪੈ ਰਿਹਾ ਤਾਂ ਬੰਦਾ ਉੱਕਾ ਬੋਰ ਹੋ ਜਾਂਦਾ ਅਤੇ ਰਿਫਰੈਸ਼ਮੈਂਟ ਵਾਸਤੇ ਬਾਹਰ ਆਇਆ ਮਾਸ਼ਾ ਅੱਲਾਹ ਵਿਊ ਤੁਸੀਂ ਆਪ ਚੈੱਕ ਕਰ ਸਕਦੇ ਸਾਰੇ ਥਲ ਦਾ ਕਮਾਲ ਹੁੰਦੇ ਉਹ ਤੁਹਾਨੂੰ ਪਤਾ ਹੈ ਉਸ ਬਾਕੀ ਇਨਸ਼ਾਅੱਲਾ ਮਿਲਦੇ ਹਾਂ ਸੁਬਹ ਵਾਲੇ ਵਲੋਗ ਦੇ ਵਿੱਚ ਅੱਜ ਵਲੋਗ ਐਂਡ ਨਾ ਕਰੀਂਦੇ ਅਤੇ ਸੁਬਹ ਬਾਅਦ ਦੁਬਾਰਾ ਥਾਂ ਸ਼ੁਰੂ ਕਰਦਾ ਹੈ ਦੀ ਨੈਕਸਟ ਡੇ ਵੈਲਕਮ ਬੈਕ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੁੰਮਾ ਮੁਬਾਰਕ ਹੋਵੇ ਅੱਜ ਜੁੰਮੇ ਦੇ ਡੇ ਅਤੇ ਉਸ ਤੋਂ ਬਾਅਦ ਯਾਰ ਅਜੇ ਇੱਕ ਛੋਟੇ ਜਿਹੇ ਨੁਕਸਾਨ ਹੀ ਹੋ ਗਿਆ ਛੋਟੇ ਜਿਹੇ ਤਾਂ ਨਹੀਂ ਮੇਰੇ ਵਾਸਤੇ ਫਿਰ ਸਾਰਾ ਹੀ ਆਈ ਮੇਰੇ ਨਾਲ ਮੋਬਾਈਲ ਜਿਹੜੀ ਚਾਰਜਿੰਗ ਵਾਲੀ ਕੇਬਲ ਆਈ ਨਾ ਉਹ ਤੇ ਜਿਹੜੀ ਪਿੰਨ ਉਹ ਤਰੁੱਟ ਗਈ ਆਈ ਅਤੇ ਹੁਣ ਮੈਂ ਕਹਿੰਦਾ ਪਿਆ ਦੁਕਾਨ 'ਤੇ ਨਵੀਂ ਪਿੰਨ ਪਿਆ ਦਾ ਡਾਟਾ ਕੇਬਲ ਲੈਣ ਵਾਸਤੇ ਅਤੇ ਲੈ ਆਉਂਦੇ ਮੈਂ ਕਿੰਨੇ ਡਾਟਾ ਕੇਬਲ ਆਪਣੇ ਘਰੋਂ ਤਾਂ ਬਸ ਨੇੜੇ ਹੀ ਆ ਅਤੇ ਡਾਟਾ ਕੇਬਲ ਲੈ ਲਈਏ ਅਤੇ ਹੁਣ ਨਾ ਲਾ ਕੇ ਉਸਨੂੰ ਚੈੱਕ ਕਰੀਨੇ ਆ ਏ ਫਿਊ ਮਿੰਟਸ ਲੇਟਰ ਅੱਛਾ ਜੀ ਡਾਟਾ ਕੇਬਲ ਲੈ ਕੇ ਤਾਂ ਮੈਂ ਆ ਗਿਆ ਅਤੇ ਉਸ ਤੋਂ ਬਾਅਦ ਜਿਹੜੀ ਡਾਟਾ ਕੇਬਲ ਮੇਰੀ ਖਰਾਬ ਹੋਈ ਨਾ ਉਹ ਤੁਹਾਨੂੰ ਦਿਖਾ ਚਾਹੁੰਦਾ ਇਹ ਪਈ ਹੋਈ ਹੈ ਕਿਹੜੀ ਗਈ ਯਾਰ ਇਹ ਚੈੱਕ ਕਰੋ ਇਹ ਬਿਲਕੁਲ ਹੀ ਨਾ ਮਤਲਬ ਕਿ ਹੋ ਗਈ ਟੁੱਟ ਗਈ ਹੈ ਕੋਈ ਪਿੰਡ ਦੀ ਉਸ ਤੋਂ ਬਾਅਦ ਇਹ ਨਵੀਂ ਲੱਗ ਗਈ ਹੈ ਆਪਣੀ ਜਹਾਂ 'ਤੇ ਆ ਗਈ ਅਤੇ ਹੁਣ ਮੈਂ ਇਹਨੇ ਐਵੇਂ ਕੁਛ ਖਾ ਪੀ ਆਉਂਦੇ ਹਾਂ ਕੋਈ ਲੈਂਦੇ ਐਵੇਂ ਕੀ ਖਾਣਾ ਪੀਣਾ ਐਵੇਂ ਖਾਂਦੇ ਪੀਂਦੇ ਹਾਂ ਅਤੇ ਵਾਪਸ ਆਉਂਦੇ ਹਾਂ ਵਾਪਸ ਏ ਫਿਊ ਮਿੰਟਸ ਲੇਟਰ ਮਾਸ਼ਾਅੱਲਾਹ ਅੱਛਾ ਜੀ ਅਨਫਾਲ ਨੂੰ ਅੱਜ ਬਬੂ ਨੂੰ ਜ਼ਿਆਦਾ ਮਿਸ ਪਿਆ ਕਰੀ ਨਾ ਅਨਫਾਲ ਕਿਉਂਕਿ ਕੱਲ੍ਹ ਸਰਗੋਹ 'ਤੇ ਲੱਗੀ ਗਈ ਹੈ ਅਤੇ ਉਸ ਤੋਂ ਇਲਾਵਾ ਤੁਹਾਨੂੰ ਪਤਾ ਅਨਫਾਲ ਮੇਰੇ ਕੋਲ ਹੁੰਦੀ ਆਈ ਤੰਗ ਕੀਤੀ ਰੱਖਦੀ ਆਈ ਸ਼ਰਾਰਤ ਕੀਤੀ ਰੱਖਦੀ ਆਈ ਤਾਂ ਰੌਣਕ ਉਸ ਨਾਲ ਲੱਗੀ ਰਹਿੰਦੀ ਆਈ ਲੇਕਿਨ ਉਹ ਸਰਗੋਹ 'ਤੇ ਲੱਗ ਗਈ ਹੈ ਉਸ ਤੋਂ ਇਲਾਵਾ ਬਾਕੀ ਇਹ ਹੈ ਕਿ ਮੈਂ ਇੱਕ ਉਹਦਾ ਕਲਿੱਪ ਬਣਾਇਆ ਹੋਇਆ ਵੀਡੀਓ ਦਾ ਤਾਂ ਯਾਰ ਮੱਖੀ ਇਤਨਾ ਜ਼ਿਆਦਾ ਤੰਗ ਕਰੀ ਨਹੀਂ ਇੰਨਾ ਇਹਦੀ ਹੱਦ ਹੀ ਕੋਈ ਨਹੀਂ ਮੈਂ ਕਲਿੱਪ ਬਣਾਇਆ ਹੋਇਆ ਵੀਡੀਓ ਦਾ ਥੋੜ੍ਹਾ ਜਿਹਾ ਤੁਸੀਂ ਉਹ ਚੈੱਕ ਕਰੋ ਅਨਫਾਲ ਦਾ ਜਵਾਬ ਤੁਹਾਨੂੰ ਮਿਲਦੇ ਹੈ ਲਿਖੋ ਚਲੋ ਲਿਖੋ ਆਪ ਹਾਂ ਮੈਂ ਸ਼ਸ਼ੀਰ ਬਣਾਓ ਹਾਂ ਵੀ ਤਸ਼ੀਰ ਬਣ ਰਹੀ ਹੈ ਬਸ ਇਹ ਛੋਟੇ ਜਿਹੇ ਕਲਿੱਪ ਆਈ ਅਗਰ ਤੁਹਾਨੂੰ ਅੱਜ ਦੇ ਵਲੋਗ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲਵੇ ਇਨਸ਼ਾਅੱਲਾ ਮਿਲਦਾ ਹੈ ਨੈਕਸਟ ਵਲੋਗ ਦੇ ਵਿੱਚ ਅੱਲਾਹ ਹਾਫਿਜ਼